ਮਿਲਾਨ ਲੱਗੀ ਆ ਪ੍ਰਵੀਨ ਮਹਰਾਜੀ ਦਾ। ਸਭ ਤੋਂ ਪਹਿਲਾਂ ਆਪਣੀ ਲਾਈਫ ਦੇ ਕਿਹੜੇ ਪਲ ਹੈ ਜਿਹੜੇ ਤੁਸੀਂ ਦਰਸ਼ਕਾਂ ਨਾਲ ਸਾਂਝੇ ਕਰਨਾ ਚਾਹੁੰਦੇ ਹੋ? ਲਾਈਫ ਤਾਂ ਬਹੁਤ ਲੰਬੀ ਹੈ, ਸਾਂਝੇ ਕਰਨ ਨੂੰ ਕੁਛ ਹੀ ਪਲ ਹੈ, ਜਿਵੇਂ ਮੇਰੀ ਸਟਰਗਲ ਲਾਈਫ ਹੈ। ਮਿਊਜ਼ਿਕ ਦਾ ਕੀੜਾ ਏਦਾਂ ਦਾ ਤੁਹਾਡੇ ਵਿੱਚ ਵੜਿਆ ਜਿਹੜਾ ਕਿ ਹਾਲੇ ਤੱਕ ਬਾਹਰ ਨਹੀਂ ਨਿਕਲਿਆ? ਕੀੜਾ ਨਹੀਂ ਨਿਕਲਦਾ ਜੀ ਬਾਹਰ ਕਿਸੇ ਦਾ ਵੀ। ਇਹਨਾਂ ਕੋਈ ਈਜ਼ੀ ਹੈ ਸਰ ਕਲਾਕਾਰ ਬਣਨਾ? ਕਲਾਕਾਰ ਬਣਨਾ ਈਜ਼ੀ ਨਹੀਂ ਹੈ, ਪ੍ਰਸਿੱਧੀ ਬਣਨਾ ਈਜ਼ੀ ਹੈ। ਜਦੋਂ ਤੁਸੀਂ ਫ੍ਰੀ ਟਾਈਮ ਬੈਠੇ ਹੁੰਦੇ ਹੋ ਤਾਂ ਕਿੱਦਾਂ ਦਾ ਮਿਊਜ਼ਿਕ ਸੁਣਨਾ ਪਸੰਦ ਕਰਦੇ ਹੋ? ਸੂਫੀ ਮਿਊਜ਼ਿਕ ਹੋ ਜਾਵੇ ਉਹ ਅੱਛਾ ਲੱਗਦਾ ਆ, ਜੋ ਰੱਬ ਨਾਲ ਜੋੜੇ। ਅੱਜ ਕੱਲ੍ਹ ਲੋਕਾਂ ਨੂੰ ਤੁਹਾਡਾ ਇੱਕ ਗਾਣਾ ਬਹੁਤ ਜ਼ਿਆਦਾ ਪਸੰਦ ਆ ਰਿਹਾ, ਵੋਟ ਔਰ ਨੋਟ ਵਾਲਾ, ਜਿਹੜਾ ਕਿ ਤੁਸੀਂ ਰੀਸੈਂਟਲੀ ਮੈਨੂੰ ਲੱਗਦਾ ਲੋਕ ਸਭਾ ਚੋਣਾਂ ਦੇਖ ਕੇ ਹੀ ਲਿਖਿਆ। ਮੇਨ ਹੈ ਕਿ ਲੋਕ ਲਾਲਚ ਵਿੱਚ ਆ ਕੇ ਵੋਟ ਪਾ ਦਿੰਦੇ ਆ, ਪੈਸਾ ਲੈ ਲੈਂਦੇ ਆ, ਥੋੜ੍ਹੇ ਜਿਹੇ ਫਾਇਦੇ ਕਰਕੇ ਲੰਮਾ ਨੁਕਸਾਨ ਪਾ ਲੈਂਦੇ ਆ। ਬੰਦੇ ਦੇ ਵਿੱਚ ਸਾਰੀਆਂ ਯਾਨੀ ਕਿ ਅਗਰ ਮੈਂ ਖੂਬੀਆਂ ਦੀ ਗੱਲ ਕਰਾਂ ਉਹ ਹੁੰਦੀਆਂ ਨੇ, ਉਸਦੇ ਬਾਰੇ ਕੀ ਕਹਿਣਾ ਚਾਹੋਗੇ? ਤੁਹਾਨੂੰ ਭਗਵਾਨ ਨੇ ਸੋਚ ਦਿੱਤੀ ਹੈ, ਉਹਨੂੰ ਚੰਗੇ ਪਾਸੇ ਜਾਣਾ ਜਾਂ ਮਾੜੇ ਪਾਸੇ ਜਾਣਾ। ਥੈਂਕ ਯੂ ਵੈਰੀ ਮੱਚ ਪ੍ਰਵੀਨ ਜੀ, ਬਹੁਤ ਬਹੁਤ ਧੰਨਵਾਦ C1 ਚੈਨਲ ਦਾ। ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਤੁਹਾਡੀ ਹੋਸਟ ਪ੍ਰਿਯੰਕਾ ਅਤੇ C1 ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਆਪਣੇ ਪ੍ਰੋਗਰਾਮ ਗੱਲਾਂ ਖੱਟੀਆਂ ਮਿੱਠੀਆਂ ਦੇ ਵਿੱਚ। ਅਤੇ ਅੱਜ ਮੈਂ ਤੁਹਾਨੂੰ ਇੰਟਰੋਡਿਊਸ ਕਰਵਾਉਣ ਲੱਗੀ ਹਾਂ ਜੀ, ਤੁਹਾਨੂੰ ਮਿਲਾਉਣ ਲੱਗੀ ਹਾਂ ਮਿਊਜ਼ਿਕ ਡਾਇਰੈਕਟਰ, ਰਾਈਟਰ ਅਤੇ ਕੰਪੋਜ਼ਰ ਪ੍ਰਵੀਨ ਮਹਿਰਾਜੀ ਨਾਲ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਦੇਖੋ ਮੈਮ, ਲਾਈਫ ਤਾਂ ਬਹੁਤ ਲੰਬੀ ਹੈ, ਸਾਂਝੇ ਕਰਨ ਨੂੰ ਕੁਛ ਹੀ ਪਲ ਹੈ, ਜਿਵੇਂ ਮੇਰੀ ਸਟਰਗਲ ਲਾਈਫ ਹੈ। ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਸਟਰਗਲ ਕੀਤੀ, ਪਰ ਇੰਨੇ ਮੈਨੂੰ ਅੱਗੇ ਬਹੁਤ ਜ਼ਿਆਦਾ ਵੱਡੀ ਮੰਜ਼ਿਲ ਹੈ। ਜਦੋਂ ਮੈਂ ਪੜ੍ਹਦਾ ਸੀ ਸਟਰਗਲ ਲਾਈਫ ਮੈਮ, ਉਦੋਂ ਸੀ ਮੈਂ ਤਿੰਨ ਤਿੰਨ ਬੱਸਾਂ ਚੇਂਜ ਕਰਕੇ ਜਾਂਦਾ ਸੀ, ਗ੍ਰੈਜੂਏਸ਼ਨ ਕੀਤੀ ਕਿਉਂਕਿ ਮਿਊਜ਼ਿਕ ਦੀ ਇੱਥੇ MBA ਨਹੀਂ ਸੀ, ਤਾਂ ਮੈਨੂੰ ਸੀ ਮਿਊਜ਼ਿਕ ਵਿੱਚ ਇੱਕ ਜਾਂ ਟੀਚਰ ਲੱਗੂੰਗਾ, ਦੈਨ ਉਸ ਤੋਂ ਬਾਅਦ ਮੈਂ ਠੀਕ ਹੈ ਲਾਈਫ ਸੈੱਟ ਹੋ ਜਾਊਗੀ। ਫਿਰ ਮੈਂ ਇੱਥੇ ਮਿਊਜ਼ਿਕ ਦੀ ਨਹੀਂ ਹੈਗੀ ਸੀ, ਤਾਂ ਮੈਨੂੰ ਨਵਾਂ ਸ਼ਹਿਰ ਜਾਣਾ ਪੈਂਦਾ ਸੀ, ਬੰਗਾਲ ਜਾਣਾ ਪੈਂਦਾ ਸੀ। ਉੱਥੇ ਸਾਡੇ ਸਰ ਸੀ ਸ਼ਮਸ਼ਾਦ ਸਰ, ਉਹਨਾਂ ਕੋਲ ਮੈਂ ਕੁਛ ਸੰਗੀਤ ਦੀ ਬਰੀਕੀਆਂ ਸਿੱਖੀਆਂ। ਉਸ ਤੋਂ ਸਿੱਖਣ ਤੋਂ ਬਾਅਦ ਮੈਨੂੰ MA ਕਰਨੀ ਸੀ ਜੀ, MA ਵੀ ਲੁਧਿਆਣੇ ਨਹੀਂ ਹੈਗੀ ਸੀ ਜਲੰਧਰ ਜਾਣਾ ਪਿਆ ਮੈਨੂੰ ਮਿਊਜ਼ਿਕ ਦੀ ਮਿਊਜ਼ਿਕ ਦਾ ਕੀੜਾ ਏਦਾਂ ਦਾ ਤੁਹਾਡੇ ਵਿੱਚ ਵੜਿਆ ਜਿਹੜਾ ਕਿ ਹਾਲੇ ਤੱਕ ਬਾਹਰ ਨਹੀਂ ਨਿਕਲਿਆ? ਨਹੀਂ ਨਹੀਂ ਜੀ, ਮੈਂ ਕੀੜਾ ਨਹੀਂ ਨਿਕਲਦਾ ਜੀ ਬਾਹਰ ਕਿਸੇ ਦਾ ਵੀ, ਕੱਲਾ ਵੀ। ਹਾਂਜੀ, ਅੱਜ ਕੱਲ੍ਹ ਤਾਂ ਹਰੇਕ ਕੋਈ ਇਹੀ ਕਹਿੰਦਾ ਕਿ ਜੇਕਰ ਕੋਈ ਕੰਮ ਨਹੀਂ ਹੈਗਾ ਨਾ, ਇੱਦਾਂ ਕਰਦੇ ਹਾਂ ਅਸੀਂ, ਦੋ ਗਾਣੇ ਕੱਢਦੇ ਹਾਂ ਅਤੇ ਅਸੀਂ ਕਲਾਕਾਰ ਬਣ ਜਾਂਦੇ ਹਾਂ, ਇੰਨਾ ਕੋਈ ਈਜ਼ੀ ਹੈ ਸਰ ਕਲਾਕਾਰ ਬਣਨਾ? ਨਹੀਂ ਨਹੀਂ ਮੈਮ, ਅੱਜ ਦੀ ਮੈਂ ਇੱਦਾਂ ਕਹੂੰਗਾ, ਕਲਾਕਾਰ ਬਣਨਾ ਈਜ਼ੀ ਨਹੀਂ ਹੈ, ਪ੍ਰਸਿੱਧੀ ਬਣਨਾ ਈਜ਼ੀ ਹੈ। ਪ੍ਰਸਿੱਧੀ ਕੋਈ ਪਾ ਸਕਦਾ ਆ, ਪੈਸੇ ਲਗਾ ਕੇ ਕੁਛ ਵੀ ਇੱਦਾਂ ਦਾ ਕੰਮ ਕਰ ਸਕੇ, ਉਹਨੂੰ ਤੋੜ ਮੋੜ ਕੇ ਜਾਂ ਬੇਢੰਗੀ ਐਕਟ ਕਰਕੇ, ਪਰ ਇੱਕ ਕਲਾਕਾਰ ਬਣਨ ਵਾਸਤੇ ਤਾਂ ਮੈਮ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ। ਕਿ ਤੂੰ ਮੇਰੇ ਦਿਲ ਵਿੱਚ ਅਤੇ ਮੈਂ ਤੇਰੇ ਦਿਲ ਵਿੱਚ ਰਹੂੰਗਾ, ਅੱਜ ਮੈਂ ਤੈਨੂੰ ਭੁੱਲ ਜਾਵਾਂ, ਇਹ ਹੋ ਨਹੀਂ ਸਕਦਾ, ਕਿਉਂਕਿ ਮੈਂ ਤੈਨੂੰ ਮੁਹੱਬਤ ਨਹੀਂ, ਮੈਂ ਤੇਰੀ ਇਬਾਦਤ ਕੀਤੀ ਸੀ।
ਅਗਰ ਮੈਂ ਤੁਹਾਡੇ ਆਈਡਲ ਦੀ ਗੱਲ ਕਰਾਂ, ਤੁਸੀਂ ਆਪਣੇ ਆਈਡਲ ਕਿਹਨੂੰ ਮੰਨਦੇ ਹੋ? ਦੇਖੋ, ਮੇਰੇ ਸੰਗੀਤ ਵਿੱਚ ਮੇਰੇ ਗੁਰੂ ਜੀ ਹੈ ਸ਼ਮਸ਼ਾਦ ਸਰ, ਉਹਨਾਂ ਕੋਲ ਸਿੱਖਿਆ ਆ। ਅੱਜ ਵੀ ਜਦੋਂ ਕੁਛ ਕਿਸੇ ਮੁਕਾਮ ਤੱਕ ਪਹੁੰਚਦਾ ਹਾਂ ਜਾਂ ਕੁਛ ਵੀ ਅਚੀਵ ਕਰਦਾ ਤਾਂ ਮੈਨੂੰ ਸਰ ਦੀ ਯਾਦ ਆਉਂਦੀ ਹੈ ਕਿ ਜਦੋਂ ਉਹ ਕਹਿੰਦੇ ਸੀ ਨਹੀਂ ਤੂੰ ਉਹਦੇ ਨਹੀਂ ਗਾਉਂਦਾ ਤੂੰ ਹੋਰ ਮਿਹਨਤ ਕਰ, ਉਦੋਂ ਬੁਰਾ ਲੱਗਦਾ ਸੀ, ਪਰ ਹੁਣ ਮੈਨੂੰ ਲੱਗਦਾ ਕਿ ਨਹੀਂ, ਜੇ ਇਸ ਮੁਕਾਮ ਤੱਕ ਪਹੁੰਚ ਕੁਛ ਵੀ ਪਾਉਣ ਵਾਸਤੇ ਇੱਕ ਡਾਂਟ ਜਾਂ ਟੋਕਣਾ ਬਹੁਤ ਜ਼ਰੂਰੀ ਹੈ। ਪ੍ਰਵੀਨ ਜੀ, ਜੇਕਰ ਮੈਂ ਗੱਲ ਕਰਾਂ ਤੁਹਾਡੇ ਫ੍ਰੀ ਟਾਈਮ ਦੀ, ਜਦੋਂ ਤੁਸੀਂ ਫ੍ਰੀ ਟਾਈਮ ਬੈਠੇ ਹੁੰਦੇ ਹੋ ਤਾਂ ਕਿੱਦਾਂ ਦਾ ਮਿਊਜ਼ਿਕ ਸੁਣਨਾ ਪਸੰਦ ਕਰਦੇ ਹੋ? ਕਿਉਂਕਿ ਕਹਿੰਦੇ ਨੇ ਇੱਕ ਮਿਊਜ਼ਿਕ ਡਾਇਰੈਕਟਰ ਨੂੰ ਹੀ ਚੰਗੇ ਮਿਊਜ਼ਿਕ ਦਾ ਪਤਾ ਹੁੰਦਾ, ਜਿਵੇਂ ਕਿ ਜੁਹਾਰੀ ਨੂੰ ਚੰਗੇ ਹੀਰੇ ਦੀ ਪਹਿਚਾਣ ਹੁੰਦੀ ਹੈ। ਉਸੇ ਤਰ੍ਹਾਂ ਮੈਮ, ਉਦੋਂ ਮੈਨੂੰ ਜ਼ਿਆਦਾਤਰ ਮੈਂ ਕੰਪੋਜ਼ ਕਰਨ ਵੱਲ ਧਿਆਨ ਦਿੰਦਾ, ਮੈਂ ਦੇਖਦਾ ਕਿ ਆਸੇ ਪਾਸੇ ਕੀ ਚੱਲ ਰਿਹਾ ਜੀ, ਇਸ ਆਸੇ ਪਾਸੇ ਵਿੱਚ ਜੋ ਮਾਹੌਲ ਚੱਲ ਰਿਹਾ ਇਹਦਾ ਕਾਟ ਕਿੱਦਾਂ, ਇਹਦਾ ਜਵਾਬ ਕਿੱਦਾਂ ਦਿੱਤਾ ਜਾਵੇ, ਲੋਕਾਂ ਨੂੰ ਅਵੇਅਰ ਕਿੱਦਾਂ ਕੀਤਾ ਜਾਵੇ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਹੋ ਗਿਆ ਨਾ ਉਸ ਤਰ੍ਹਾਂ ਮੈਨੂੰ ਮਿਊਜ਼ਿਕ ਹੁਣ ਅੱਜ ਕੱਲ੍ਹ ਜਿੱਦਾਂ ਦਾ ਉਹ ਸੁਣਨ ਦਾ ਦਿਲ ਨਹੀਂ ਕਰਦਾ, ਪਰ ਬਣਾਉਣਾ ਪੈਂਦਾ, ਸਾਡੀ ਮਜਬੂਰੀ ਹੈ ਹੈ ਨਾ। ਸਾਨੂੰ ਸਿੰਗਰ ਕਹਿੰਦੇ ਸਾਨੂੰ ਇੱਦਾਂ ਦਾ ਮਿਊਜ਼ਿਕ ਚਾਹੀਦਾ ਆ। ਮੈਨੂੰ ਸੋਲਫੁਲ ਮਿਊਜ਼ਿਕ ਪਸੰਦ ਹੈ ਨਾ, ਜਿਹੜਾ ਆਤਮਾ ਨੂੰ ਸ਼ਾਂਤੀ ਦੇਵੇ, ਸ਼ਾਂਤੀ ਦੇਵੇ, ਔਰ ਸੂਫੀ ਮਿਊਜ਼ਿਕ ਹੋ ਜਾਵੇ ਹੈ ਨਾ, ਉਹ ਅੱਛਾ ਲੱਗਦਾ ਆ, ਜੋ ਰੱਬ ਨਾਲ ਜੋੜੇ। ਠੀਕ ਹੈ ਨਾ। ਸਰ, ਮੈਂ ਜੇਕਰ ਅੱਜ ਕੱਲ੍ਹ ਦੇ ਕਲਾਕਾਰਾਂ ਦੀ ਗੱਲ ਕਰਾਂ ਤਾਂ ਚੰਗੇ ਕਲਾਕਾਰ ਕਿਹੜੇ ਲੱਗਦੇ ਨੇ ਜਿਹੜੇ ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਅਕੋਰਡਿੰਗਲੀ ਬਹੁਤ ਚੰਗਾ ਗਾ ਰਹੇ ਨੇ? ਦੇਖੋ ਜੀ, ਅੱਜ ਕੱਲ੍ਹ ਦੇ ਕਲਾਕਾਰ ਜਿਹੜੇ ਚੰਗੇ ਹੈ, ਜੇ ਮੈਂ ਪੰਜਾਬੀ ਇੰਡਸਟਰੀ ਦੀ ਗੱਲ ਕਰਾਂ, ਅੱਜ ਕੱਲ੍ਹ ਦੇ ਕਲਾਕਾਰ ਜਿਵੇਂ ਆਪਣੇ ਸਲੀਮ ਜੀ ਹੋ ਗਏ, ਠੀਕ ਹੈ, ਔਰ ਆਪਣੇ ਹੁਣੀ ਨਵੇਂ ਜਿਹੜੇ ਸਿੰਗਰ ਆਏ ਆ, ਐਮ ਈ ਵਿਰਕ ਹੋ ਗਿਆ, ਅੱਛਾ ਗਾਉਂਦਾ ਆ, ਠੀਕ ਹੈ, ਜਿਹੜੇ ਮਿਹਨਤ ਕਰ ਰਹੇ ਆ। ਔਰ ਪੁਰਾਣੇ 'ਚੋਂ ਗੱਲ ਕਰੀਏ ਤਾਂ ਗੁਰਦਾਸ ਭਾਅ ਜੀ, ਉਹ ਮੇਰੇ ਆਈਡੀਅਲ ਆ, ਉਹ ਕਿਉਂਕਿ ਉਹਨਾਂ ਨੇ ਕਦੇ ਵੀ ਕੋਈ ਮਾੜਾ ਨਹੀਂ ਗਾਇਆ, ਲੋਕਾਂ ਨੂੰ ਮਾੜਾ ਸੰਦੇਸ਼ ਨਹੀਂ ਦਿੱਤਾ, ਤਾਂ ਇਸ ਕਰਕੇ ਮੇਰੇ ਆਈਡੀਅਲ ਆ। ਉਹ ਅੱਛੀ ਸੋਚ ਉਹਨਾਂ ਨੂੰ ਮਿਲਦੀ ਹੈ ਤਾਂ ਅੱਛਾ ਕ੍ਰੀਏਟ ਕਰਦੇ ਹਾਂ। ਮੈਂ ਹਮੇਸ਼ਾ ਉਹਨਾਂ ਸਿੰਗਰਾਂ ਨੂੰ ਸੁਣਦਾ ਕਿ ਯਾਰ ਇਹ ਤੋਂ ਸਿੱਖਿਆ ਵੀ ਜਾ ਸਕਦਾ, ਇਸ ਤੋਂ ਵਧੀਆ ਕੀ ਬਣਾਇਆ ਜਾ ਸਕਦਾ। ਹਾਂ, ਉਹਨਾਂ ਦਾ ਵਧੀਆ ਹੁੰਦਾ ਆ, ਉਹਨਾਂ ਦੀ ਸੋਚ ਨੂੰ ਅੱਗੇ ਕਿੱਦਾਂ ਪਹੁੰਚਾਇਆ ਜਾ ਸਕਦਾ। ਸਰ, ਤੁਸੀਂ ਇੱਥੇ ਗੱਲ ਕੀਤੀ ਸੀ ਕਿ ਤੁਸੀਂ ਮਾਹੌਲ ਨੂੰ ਦੇਖ ਕੇ ਲਿਖਦੇ ਹੋ, ਮਾਹੌਲ ਨੂੰ ਸੋਚ ਸਮਝ ਕੇ ਲਿਖਦੇ ਹੋ। ਮੈਂ ਮਜ਼ਾਕ ਨਹੀਂ ਕਰਨ ਲੱਗੀ, ਮੈਂ ਬਿਲਕੁਲ ਸਹੀ ਕਹਿਣ ਲੱਗੀ ਕਿ ਅੱਜ ਕੱਲ੍ਹ ਲੋਕਾਂ ਨੂੰ ਤੁਹਾਡਾ ਇੱਕ ਗਾਣਾ ਬਹੁਤ ਜ਼ਿਆਦਾ ਪਸੰਦ ਆ ਰਿਹਾ, ਵੋਟ ਔਰ ਨੋਟ ਵਾਲਾ, ਜਿਹੜਾ ਕਿ ਤੁਸੀਂ ਰੀਸੈਂਟਲੀ ਮੈਨੂੰ ਲੱਗਦਾ ਲੋਕ ਸਭਾ ਚੋਣਾਂ ਦੇਖ ਕੇ ਹੀ ਲਿਖਿਆ, ਅਤੇ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਮੁੜ ਕੇ ਨਹੀਂ ਮੌਕਾ ਤੁਹਾਡੇ ਹੱਥ ਵਿੱਚ ਆਉਣਾ, ਕਿਤੇ ਆਪਣੀ ਹੀ ਨਜ਼ਰਾਂ ਚੋਂ ਡਿੱਗ ਨਾ ਜਾਇਓ। ਤੈਨੂੰ ਪਤਾ ਨਾ ਮੈਂ ਕੀ ਕਰ ਸਕਦਾ। ਜਨਾਬ, ਤੁਸੀਂ 5 ਸਾਲ 'ਚ ਕੁਛ ਨਹੀਂ ਕੀਤਾ, ਤੁਸੀਂ ਹੁਣ ਕੀ ਕਰੋਗੇ? ਹੱਕ ਹੁੰਦੀ ਵੋਟ ਬੜੀ ਕੀਮਤੀ ਹੁੰਦੀ, ਦਾਰੂ ਦੀਆਂ ਬੋਤਲਾਂ ਤੇ ਵਿਕ ਨਾ ਜਾਇਓ। ਹਾਂ, ਹੱਕ ਹੁੰਦੀ ਵੋਟ ਬੜੀ ਕੀਮਤੀ ਹੁੰਦੀ, ਨੋਟਾਂ ਦੀਆਂ ਗੱਡੀਆਂ ਤੇ ਵਿਕ ਨਾ ਜਾਇਓ। ਮੈਡਮ, ਮਾਈਂਡ 'ਚ ਇੱਦਾਂ ਹੈ ਕਿ ਚੋਣਾਂ ਚੱਲ ਰਹੀਆਂ ਸੀ ਤਾਂ ਮੇਰੇ ਇੱਕ ਦੋਸਤ ਸੀ, ਉਹਨਾਂ ਨੂੰ ਕਿਹਾ ਮੇਰਾ ਗਾਣਾ ਲਾਂਚ ਹੋਇਆ ਸੀ ਉਸ ਤੋਂ ਪਹਿਲਾਂ, ਵੋਟ ਵਰਸਸ ਨੋਟ ਤੋਂ ਪਹਿਲਾਂ, ਰੋਜ਼ਾ ਨਾ ਕਰੋ। ਫਿਰ ਉਹਨਾਂ ਨੂੰ ਕਿਹਾ ਕਿ ਮੇਰੀ ਇੱਦਾਂ ਆ ਕਿ ਕੁਛ ਮੇਰਾ ਗਾਣਾ ਲੋਚ ਹੋਇਆ, ਤੁਸੀਂ ਉਹਨਾਂ ਵਾਸਤੇ ਕੁਛ ਆਪਣਾ ਚਾਨਣਾ ਪਾਓ, ਤਾਂ ਕਹਿੰਦੇ ਤੁਸੀਂ ਇਹ ਕਰੋ, ਉਹਨਾਂ ਬਾਰੇ ਬਾਅਦ 'ਚ ਸੋਚਾਂਗੇ, ਤੁਸੀਂ ਮੈਨੂੰ ਸਾਡਾ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਹੈ ਔਰ ਲੋਕ ਇਸ ਪ੍ਰਤੀ ਜਾਗਰੂਕ ਨਹੀਂ ਹੈਗੇ, ਹਮੇਸ਼ਾ ਵੋਟ ਪਾਉਣ ਤੋਂ ਬਾਅਦ ਸਰਕਾਰ ਨੂੰ ਰੋਂਦੇ ਹੈ ਨਾ, ਅਤੇ ਲੋਕਾਂ ਨੂੰ ਜਾਗਰੂਕ ਕਰੋ, ਇਸ ਆਪਣੇ ਕੁਛ ਸੰਗੀਤ ਰਾਹੀਂ ਕੁਛ ਕਰ ਸਕਦੇ ਹੋ। ਮੈਂ ਐਫਰਟ ਕੀਤਾ, ਮੈਂ ਗਾਣਾ ਬਣਾਇਆ, ਉਹਨਾਂ ਨੂੰ ਪਸੰਦ ਆ ਗਿਆ, ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਮੇਰੀ ਸਾਰੀ ਕਵਰੇਜ ਕੀਤੀ ਚੈਨਲ ਦੇ ਉੱਪਰ, ਇੰਟਰਵਿਊ ਵਗੈਰਾ ਲਈ, ਔਰ ਲੋਕਾਂ ਨੇ ਪਸੰਦ ਕੀਤਾ ਇਸ ਚੀਜ਼ ਨੂੰ, ਔਰ ਲੋਕਾਂ ਨੂੰ ਮੈਂ ਚਾਹੁੰਦਾ ਕਿ ਅਵੇਅਰ ਕੀਤਾ ਜਾਵੇ। ਵਾਰ ਵਾਰ ਅਸੀਂ ਆਪਣੀ ਗਲਤੀ ਤੋਂ ਰੋਣ ਨਾਲ ਉਸਨੂੰ ਸੁਧਾਰ ਲਿੱਤਾ ਪਹਿਲੇ, ਮੇਨ ਆ ਕਿ ਲੋਕ ਲਾਲਚ ਵਿੱਚ ਆ ਕੇ ਵੋਟ ਪਾ ਲੈਂਦੇ ਆ, ਪੈਸਾ ਲੈ ਲੈਂਦੇ ਆ, ਥੋੜ੍ਹੇ ਜਿਹੇ ਫਾਇਦੇ ਕਰਕੇ ਲੰਮਾ ਨੁਕਸਾਨ ਪਾ ਲੈਂਦੇ ਆ। ਉਸ ਕਰਕੇ ਜੇਕਰ ਫਿਊਚਰ ਦੀ ਗੱਲ ਕਰਾਂ, ਫਿਊਚਰ ਦੇ ਵਿੱਚ ਕਿਵੇਂ ਦੇ ਗਾਣੇ ਤੁਸੀਂ ਲਿਖਣ ਦੀ ਪਲੈਨਿੰਗ ਕਰ ਰਹੇ ਹੋ, ਕਿੱਦਾਂ ਦੇ ਗਾਣੇ ਤੁਸੀਂ ਡਾਇਰੈਕਟ ਕਰਨਾ ਚਾਹੁੰਦੇ ਹੋ, ਦਿਲ ਦੀ ਇੱਛਾ ਕੀ ਹੈ ਤੁਹਾਡੇ?
ਸਰ ਮੈਡਮ ਦੇਖੋ ਇੱਦਾਂ ਹੈ ਕਿ ਮੇਰਾ ਜੋ ਡਾਇਰੈਕਟ ਕਰਨ ਦਾ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਹੈ ਜੋ ਮਾਹੌਲ ਚੱਲ ਰਿਹਾ ਨਾ ਉਸਦੇ ਐਂਟੀ ਜਾਣਾ ਮਾਹੌਲ ਬਹੁਤ ਮਾੜਾ ਚੱਲ ਰਿਹਾ ਕਿ ਆਉਣ ਵਾਲੀ ਜਿਹੜੀ ਸਾਡੀ ਨਸਲਾਂ ਆ ਉਹਨਾਂ ਨੂੰ ਬਾਹਰ ਕੱਢਣ ਲਈ ਵੀ ਡਰ ਲੱਗਣਾ ਜਿੱਦਾਂ ਦੇ ਗਾਣੇ ਚੱਲ ਰਹੇ ਆ ਕਿ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਮੈਂ ਪਿੰਡ ਤੋਂ ਬਿਲੋਂਗ ਕਰਦਾ ਵੀ ਕਿਸੇ ਦਾ ਕਸੂਰ ਪੁੱਛਣਾ ਪਹਿਲਾਂ ਕਿਸੇ ਬੰਦੇ ਨੂੰ ਮਾਰ ਦੇਣਾ ਹੈ ਨਾ ਕਿ ਇਸ ਚੀਜ਼ ਨੂੰ ਟੈਂਸ਼ਨ ਰੱਖਣਾ ਪਿਸਤੌਲਾਂ ਰੱਖਣੀਆਂ ਜਾਂ ਕਿਸੇ ਨੂੰ ਮਾਰ ਇਹ ਚੱਲ ਮਾਹੌਲ ਚੱਲ ਰਿਹਾ ਹੈ ਲੋਕ ਕਹਿੰਦੇ ਕਿ ਗਾਣੇ ਦਾ ਅਸਰ ਨਹੀਂ ਹੁੰਦਾ ਗਾਣੇ ਦਾ ਬਹੁਤ ਅਸਰ ਹੁੰਦਾ ਨਿੱਜੀ ਜ਼ਿੰਦਗੀ 'ਚ ਔਰ ਇਸ ਦਾ ਮੈਂ ਇੱਕ ਉਦਾਹਰਨ ਦਊਂਗਾ ਬਟ ਯੂਥ ਤਾਂ ਇੱਦਾਂ ਦੇ ਗਾਣੇ ਪਸੰਦ ਕਰ ਰਿਹਾ ਬਹੁਤ ਜ਼ਿਆਦਾ ਮੈਮ ਦੇਖੋ ਯੂਥ ਦੇਖੋ ਜੇ ਆਪਾਂ ਕਿਸੇ ਢਾਬੇ 'ਤੇ ਜਾਈਏ ਨਾ ਜੇ ਆਪਾਂ ਉਹਨਾਂ ਨੂੰ ਕਹੀਏ ਵੀ ਸਾਨੂੰ ਮਨਚੂਰੀਅਨ ਦੇ ਦਿਉ ਫਾਸਟ ਫੂਡ ਦੇ ਦਿਉ ਹੈ ਨਾ ਉਹਨਾਂ ਨੇ ਤੁਹਾਨੂੰ ਕਹਿਣਾ ਸਾਡੇ ਕੋਲ ਫਾਸਟ ਫੂਡ ਨਹੀਂ ਹੈਗਾ ਤਾਂ ਸਾਡੇ ਕੋਲ ਖਾਣਾ ਪਿਆ ਤੁਹਾਨੂੰ ਭੁੱਖ ਲੱਗੂਗੀ ਤੁਸੀਂ ਕਰੋਗੇ ਤੁਸੀਂ ਖਾਣਾ ਹੀ ਖਾਓਗੇ ਠੀਕ ਹੈ ਨਾ ਲੋਕਾਂ ਨੇ ਸੰਗੀਤ ਸੁਣਨਾ ਹੈ ਉਹਨਾਂ ਕੋਲ ਜਿੱਦਾਂ ਦਾ ਹੋਊਗਾ ਉਹਨਾਂ ਨੇ ਦੱਸਣਾ ਠੀਕ ਹੈ ਨਾ ਬਾਕੀ ਬੀਟ ਮੈਂ ਨਹੀਂ ਕਹਿੰਦਾ ਕਿ ਬੀਟਸ ਮਾੜੀਆਂ ਆ ਮਿਊਜ਼ਿਕ ਮਾੜਾ ਆ ਬੋਲ ਮਾੜੇ ਆ ਸੋਚ ਮਾੜੀ ਆ ਇਸ ਬੋਲਾਂ ਨੂੰ ਆਪਾਂ ਬੀਟ ਵਿੱਚ ਵੀ ਕਹਿ ਸਕਦੇ ਹਾਂ ਅੱਛੀ ਬੀਟ ਇੱਦਾਂ ਮਤਲਬ ਕਿ ਨਿਊ ਜਨਰੇਸ਼ਨ ਦੀ ਬੀਟ ਲਈ ਜਾਵੇ ਕਿਉਂਕਿ ਨਿਊ ਜਨਰੇਸ਼ਨ ਨੂੰ ਬੀਟ ਚਾਹੀਦੀ ਹੈ ਹੈ ਨਾ ਬੋਲ ਉਹ ਬਾਅਦ 'ਚੋਂ ਬੋਲ ਦਿਖਦੇ ਆ ਬਹੁਤ ਘੱਟ ਉਹ ਉਹਨਾਂ ਨੂੰ ਅੱਛੀ ਸੋਚ ਦੇ ਵਿੱਚ ਪਾ ਕੇ ਮਿਊਜ਼ਿਕ ਦਿੱਤਾ ਜਾਵੇ ਕਿਰਪਾ ਕਾ ਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰਿਓ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਹਾਲੇ ਤੱਕ ਪ੍ਰਵੀਨ ਜੀ ਜਿੰਨਾ ਕੁ ਮੇਰੇ ਅਕਾਰਡਿੰਗ ਲਈ ਮੈਂ ਦੱਸਣਾ ਚਾਹਾਂਗੀ ਜਿੰਨਾ ਤੁਸੀਂ ਲਿਖਿਆ ਸਾਫ਼ ਸੁਥਰਾ ਲਿਖਿਆ ਅਤੇ ਚੰਗੀ ਗਾਇਕੀ ਨੂੰ ਹਮੇਸ਼ਾ ਪ੍ਰਮੋਟ ਕੀਤਾ ਈਵਨ ਕਿ ਦੋ ਤਿੰਨ ਪੰਜਾਬੀ ਮੂਵੀਜ਼ 'ਚ ਵੀ ਤੁਸੀਂ ਕੰਮ ਕਰ ਚੁੱਕੇ ਹੋ ਜਾਂ ਉਹਨਾਂ ਦੇ ਨਾਲ ਵੀ ਕੰਮ ਕਰ ਚੁੱਕੇ ਹੋ ਹਰਭਜਨ ਸਿੰਘ ਬੱਚੀ ਦਾ ਜਿਹੜਾ ਸੌਂਗ ਹੈ ਮਾਂ ਉਹ ਵੀ ਤੁਸੀਂ ਕੰਪੋਜ਼ ਕੀਤਾ ਉਹ ਵੀ ਲਿਖਿਆ ਸੀ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਮੈਮ ਲੱਗਦਾ ਫੇਮ ਮਿਲਦਾ ਜਦੋਂ ਮੈਂ ਬਹੁਤ ਅੱਛਾ ਲੱਗਦਾ ਆ ਕਿ ਹਾਂ ਲੱਗਦਾ ਕਿ ਹਾਂ ਮਿਹਨਤ ਕੀਤੀ ਇਹਦਾ ਫਲ ਤਾਂ ਜ਼ਰੂਰ ਮਿਲਦਾ ਕਿਤੇ ਨਾ ਕਿਤੇ ਜਾ ਕੇ ਇਹ ਤੁਹਾਡੇ ਕੋਲ ਕਲਾ ਹੈਗੀ ਹੈ ਉਹ ਉਸਨੂੰ ਕਿਤੇ ਨਾ ਕਿਤੇ ਜਾ ਕੇ ਦੇਖਿਆ ਜਾਂਦਾ ਕਿ ਇਹ ਨਹੀਂ ਹੈ ਕਿ ਤੁਹਾਡੇ ਜੇ ਐਸੇ ਚੀਜ਼ ਨੂੰ ਲੈ ਕੇ ਮੈਂ ਨਾ ਕੰਮ ਕੀਤਾ ਹੁੰਦਾ ਆਪਣੀ ਕਲਾ ਦੇ ਉੱਤੇ ਧਿਆਨ ਨਾ ਦਿੱਤਾ ਹੁੰਦਾ ਤਾਂ ਮੈਨੂੰ ਇਹ ਗਾਣੇ ਵੀ ਨਹੀਂ ਮਿਲਣੇ ਸੀ ਠੀਕ ਹੈ ਗਾਣੇ ਤਾਂ ਹੀ ਮਿਲੇ ਆ ਤਾਂ ਕਿ ਮੈਂ ਕੰਪੋਜ਼ ਅੱਛਾ ਕੀਤਾ ਉਹਨਾਂ ਨੇ ਵੀ ਭੱਜੀ ਜੀ ਨੇ ਵੀ ਇਹ ਦੇਖਿਆ ਕਿ ਚਾਹੇ ਨਵਾਂ ਲੜਕਾ ਆ ਇਹਨਾਂ ਦੀ ਕੰਪੋਜ਼ਿਸ਼ਨ ਅੱਛੀ ਸੀ ਕਿਉਂਕਿ ਇਹਦੇ ਵਾਸਤੇ ਮੈਂ ਨਾਮ ਨਹੀਂ ਲਊਂਗਾ ਦੋ ਤਿੰਨ ਮਿਊਜ਼ਿਕ ਡਾਇਰੈਕਟਰ ਉਹ ਆਲਰੇਡੀ ਉਹਨਾਂ ਨੂੰ ਵੀ ਡੈਮੋ ਦਿੱਤਾ ਗਿਆ ਸੀ ਉਹ ਬਿਲਕੁਲ ਨਾਮੀ ਹੈ ਮੈਂ ਨਵਾਂ ਸੀ ਉਹਨਾਂ ਨੂੰ ਪਸੰਦ ਆਇਆ ਕੰਪਨੀ ਨੂੰ ਪਸੰਦ ਆਈ ਬਾਕੀ ਅੱਛਾ ਲੱਗਦਾ ਹੈ ਜੀ ਅੱਜ ਕੱਲ੍ਹ ਸਰ ਮਿਊਜ਼ਿਕ ਡਾਇਰੈਕਟਰ ਰਾਈਟਰ ਹਰੇਕ ਚੀਜ਼ ਦਾ ਇੱਕੋ ਪੈਕ ਹੀ ਮਿਲਦਾ ਨਾ ਸਿੰਗਰ ਤੱਕ ਦਾ ਇੱਕੋ ਪੈਕ ਮਿਲਦਾ ਕਿ ਇੱਕੋ ਬੰਦੇ ਦੇ ਵਿੱਚ ਸਾਰੀਆਂ ਯਾਨੀ ਕਿ ਅਗਰ ਮੈਂ ਖੂਬੀਆਂ ਦੀ ਗੱਲ ਕਰਾਂ ਉਹ ਹੁੰਦੀਆਂ ਨੇ ਉਸਦੇ ਬਾਰੇ ਕੀ ਕਹਿਣਾ ਚਾਹੋਗੇ ਮੈਡਮ ਪੈਕ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ ਦੇਖੋ ਇਹ ਗੋਡ ਗਿਫਟ ਹੈ ਹੈ ਨਾ ਪੈਕ ਕ੍ਰੀਏਟ ਨਹੀਂ ਕੀਤਾ ਜਾਂਦਾ ਜੇ ਤੁਸੀਂ ਕਹਿੰਦੇ ਹੋ ਅੱਛੇ ਸਿੰਗਰ ਹੋ ਤਾਂ ਉਹ ਗੋਡ ਗਿਫਟ ਹੈ ਪਰ ਉਹਨੂੰ ਤਰਾਸ਼ਿਆ ਜਾਂਦਾ ਕਲਾ ਮਿਹਨਤ ਦੇ ਨਾਲ ਠੀਕ ਹੈ ਜੇ ਤੁਸੀਂ ਅੱਛੇ ਰਾਈਟਰ ਹੋ ਤੁਹਾਨੂੰ ਭਗਵਾਨ ਨੇ ਸੋਚ ਦਿੱਤੀ ਹੈ ਉਹਨੂੰ ਚੰਗੇ ਪਾਸੇ ਜਾਣਾ ਜਾਂ ਮਾੜੇ ਪਾਸੇ ਜਾਣਾ ਠੀਕ ਹੈ ਨਾ ਉਹ ਤੁਹਾਡੇ ਬਸ 'ਚ ਹੈ ਜੇ ਮਿਊਜ਼ਿਕ ਡਾਇਰੈਕਸ਼ਨ ਵਾਸਤੇ ਉਹਦੇ ਵਾਸਤੇ ਮਿਹਨਤ ਦੀ ਲੋੜ ਹੈਗੀ ਹੈ ਠੀਕ ਹੈ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਹੁਣ ਤੁਸੀਂ ਜ਼ਿਆਦਾ ਕੀ ਕਰ ਰਹੇ ਹੋ ਕਿਸ ਚੀਜ਼ 'ਤੇ ਜ਼ਿਆਦਾ ਜ਼ੋਰ ਦੇ ਰਹੇ ਹੋ ਮੈਡਮ ਮੈਂ ਅੱਜ ਕੱਲ੍ਹ ਦੀ ਡੇਟ ਵਿੱਚ ਆਪਣੇ ਵੱਲ ਜ਼ਿਆਦਾ ਧਿਆਨ ਦੇ ਰਿਹਾ ਆਪਣੇ ਆਪ ਨੂੰ ਇੰਪਰੂਵ ਕਰਨ ਵਿੱਚ ਧਿਆਨ ਦੇ ਰਿਹਾ ਕਿ ਲੋਕਾਂ ਨੂੰ ਮੈਂ ਕਿੱਦਾਂ ਅਵੇਅਰ ਕਰਨਾ ਆਪਣੇ ਸੰਗੀਤ ਰਾਹੀਂ ਨੈਕਸਟ ਮੇਰੇ ਕਾਫੀ ਅੱਛੇ ਅੱਛੇ ਪ੍ਰੋਜੈਕਟ ਕਰ ਰਹੇ ਹਾਂ ਹੁਣ ਮੇਰਾ ਗਾਣਾ ਬੋਰਡ ਵਰਸਲ ਨੋਟ ਆਇਆ ਨੈਕਸਟ ਮੇਰਾ ਸੌਂਗ ਆ ਰਿਹਾ ਆ ਇੱਕ ਰੋਮੈਂਟਿਕ ਸੈਡ ਆ ਉਹ ਆ ਰਿਹਾ
ਦੈਨ ਹਮ ਅਸੀਂ ਉਸ ਤੋਂ ਬਾਅਦ ਇੱਕ ਸਾਈਨ ਕਰ ਰਹੇ ਹਾਂ, ਹੈ ਨਾ। ਉਹਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਕਿ ਰੱਬ ਕੀ ਹੈ। ਲੋਕਾਂ ਨੂੰ ਰੱਬ ਦਾ ਵੀ ਬਹੁਤ ਭਰਮ ਹੋ ਗਿਆ, ਹੈ ਨਾ। ਲੋਕ ਪੂਜਾ ਪਾਠ ਵਿੱਚ ਵੀ ਬਲਕਿ ਮੂਰਤੀ ਪੂਜਾ ਵਿੱਚ ਜਾ ਕੇ ਇੱਦਾਂ ਉਹ ਕਰ ਰਹੇ, ਉਹਨਾਂ ਨੂੰ ਅਵੇਅਰ ਕਰ ਰਹੇ ਹਾਂ। ਉਸ ਤੋਂ ਨੈਕਸਟ ਸਾਡਾ ਭਗਤ ਸਿੰਘ ਆ ਰਿਹਾ ਜੀ। ਪ੍ਰਵੀਨ ਜੀ, ਮੈਂ ਵੀ ਤੁਹਾਡੇ ਨਾਲ ਤੁਹਾਡੇ ਕੁਛ ਜਿਹੜੇ ਗਾਣੇ ਆ ਉਹ ਸੁਣਨਾ ਚਾਹਾਂਗੀ, ਜਿਹੜੇ ਤੁਸੀਂ ਕੰਪੋਜ਼ ਕੀਤੇ ਆ, ਜਿਹੜੇ ਤੁਸੀਂ ਲਿਖੇ ਆ। ਉਹਦੇ ਵਾਸਤੇ ਤੁਹਾਨੂੰ ਮੈਂ ਮੇਰੇ ਸਟੂਡੀਓ ਆਉਣਾ ਪੈਣਾ ਆ, ਆਪਾਂ ਸਟੂਡੀਓ ਚੱਲਦੇ ਹਾਂ। ਮੈਂ ਵੀ ਬੇਸਬਰੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਤੁਸੀਂ ਇਨਵਾਈਟ ਕਰੋ ਮੈਨੂੰ ਆਪਣੇ ਸਟੂਡੀਓ। ਬਿਲਕੁਲ ਬਿਲਕੁਲ, ਚਲੋ ਜੀ ਤੁਹਾਨੂੰ ਉੱਥੇ ਚੱਲਦੇ ਹਾਂ, ਨੈਕਸਟ ਤੁਹਾਨੂੰ ਸਟੂਡੀਓ ਉੱਥੇ ਚੱਲਦੇ। ਸੋ ਦਰਸ਼ਕੋ, ਚੱਲਦੇ ਹਾਂ ਜੀ ਪ੍ਰਵੀਨ ਜੀ ਦੇ ਸਟੂਡੀਓ ਦੇ ਵਿੱਚ, ਦੇਖਦੇ ਹਾਂ ਜੀ ਇਹਨਾਂ ਦੇ ਸੌਂਗਸ ਕਿਹੋ ਜਿਹੇ ਨੇ, ਤੁਹਾਨੂੰ ਵੀ ਪਸੰਦ ਆਉਂਦੇ ਅਤੇ ਇਹਨਾਂ ਦੇ ਸਟੂਡੈਂਟਸ ਦੇ ਨਾਲ ਵੀ ਮਿਲਾਂਗੇ। ਚੱਲਦੇ ਹਾਂ ਜੀ। ਰੋਇਆ ਨਾ ਕਰੋ ਕਿਸਮਤ ਨੂੰ ਕਰਮਾਉਣ ਵਾਲਿਓ, ਰੱਬ ਨੇ ਤੁਹਾਨੂੰ ਦੁਨੀਆਂ ਦੇ ਵਿੱਚ ਖਾਸ ਬਣਾਇਆ ਏ, ਤੁਹਾਡੇ ਤੋਂ ਵੀ ਮਰੇ ਤੇ ਰਹਿੰਦੇ ਨੇ, ਤੁਹਾਨੂੰ ਤੁਹਾਡੇ ਮਾਪਿਆਂ ਦਾ ਸਰਤਾਜ ਬਣਾਇਆ ਏ। ਬਹੁਤ ਬਹੁਤ ਧੰਨਵਾਦ ਸੀ ਵਨ ਚੈਨਲ ਦਾ, ਜਿਨ੍ਹਾਂ ਨੇ ਮੇਰੀ ਸੋਚ ਨੂੰ ਅੱਗੇ ਪਹੁੰਚਾਉਣ ਦਾ ਇੱਕ ਉਪਰਾਲਾ ਕੀਤਾ, ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ। ਥੈਂਕ ਯੂ ਵੈਰੀ ਮੱਚ। ਸੋ ਇਸ ਦੇ ਨਾਲ ਹੀ ਮੈਂ ਪ੍ਰਿਯੰਕਾ ਤੁਹਾਡੇ ਤੋਂ ਲੈਂਦੀ ਹਾਂ ਇਜਾਜ਼ਤ। ਨਵਾਂ ਪ੍ਰੋਗਰਾਮ ਲੈ ਕੇ ਗੱਲਾਂ ਖੱਡੀਆਂ ਮਿੱਠੀਆਂ ਫਿਰ ਤੋਂ ਹਾਜ਼ਰ ਹੋਵਾਂਗੇ, ਤੁਹਾਡੇ ਰੂਬਰੂ ਹੋਵਾਂਗੇ, ਕਰਾਂਗੇ ਕਿਸੇ ਹੋਰ ਕਲਾਕਾਰ ਦੇ ਨਾਲ, ਕਿਸੇ ਹੋਰ ਇਨਸਾਨ ਦੇ ਨਾਲ ਗੱਲਾਂ ਖੱਡੀਆਂ ਮਿੱਠੀਆਂ। ਟਿਲ ਦੈਨ ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ।